ਸਾਰਿਆਂ ਨੂੰ ਤੇ ਅਸੀਂ ਆ ਤੁਹਾਡੇ ਨਾਲ ਅੱਜ ਜ਼ੀ ਪੰਜਾਬੀ ਦੇ ਪੋਸਟਰ ਲਾਂਚ ਤੇ ਸਾਡੇ ਨਾਲ ਹੈ ਇਮੇਜ ਸਟਾਰ ਤੇ ਹੋਰ ਬੋਲੋ ਤੁਸੀਂ ਕੁਝ ਮੈਂ ਜੀ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪਹਿਲੀ ਵਾਰੀ ਪੰਜਾਬ ਦਾ ਕੋਈ ਆਪਣਾ ਚੈਨਲ ਆ ਰਿਹਾ ਹੈਗਾ ਅਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਬਾਹਰ ਵੀ ਵਸੇ ਹੋਏ ਨੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਬਹੁਤ ਪਿਆਰੇ ਪਿਆਰੇ ਸ਼ੋਅ ਤੁਹਾਡੇ ਲਈ ਲੈ ਕੇ ਆ ਰਿਹਾ ਅਤੇ ਸਭ ਤੋਂ ਪਿਆਰਾ ਸ਼ੋਅ ਲੈ ਕੇ ਆ ਰਿਹਾ ਕਮਲੀ ਇਸ਼ਕ ਦੀ ਇੱਕ ਇਹੋ ਜਿਹੇ ਮੁੰਡੇ ਦੀ ਕਹਾਣੀ ਹੈ ਜੋ ਫੌਜ 'ਚ ਜਾਣਾ ਚਾਹੁੰਦਾ ਹੈਗਾ ਹੈ ਨਾ ਉਹਦੇ ਉਹ ਵੀਰ ਉਹਦਾ ਨਾਂ ਹੈ ਲੇਕਿਨ ਦੇਸ਼ ਵੀ ਬਣਾਉਣਾ ਕਿਉਂਕਿ ਉਹ ਦੇਸ਼ ਨਾਲ ਬਹੁਤ ਪਿਆਰ ਹੈ ਅਤੇ ਤੁਸੀਂ ਵੀ ਪਿਆਰ ਦਿਓ ਸਾਡਾ ਸ਼ੋਅ ਵੇਖੋ ਕਿਉਂਕਿ ਇਹਦੇ 'ਚ ਬਹੁਤ ਖੂਬਸੂਰਤ ਚੀਜ਼ਾਂ ਨੇ ਖੂਬਸੂਰਤ ਕੁੜੀ ਵੀ ਹੈਗੀ ਵੈਸੇ ਅਤੇ ਮੇਰਾ ਨਾਂ ਹੈਗਾ ਜੀ ਮਾਹੀ ਸੀਰੀਅਲ ਦੇ ਵਿੱਚ ਅਤੇ ਜਸ਼ਨ ਕਰ ਰਹੇ ਨੇ ਆਰਮੀ ਲਈ ਇਹ ਕੈਰੈਕਟਰ ਪਲੇਅ ਕਰ ਰਹੇ ਨੇ ਇਹਨਾਂ ਦਾ ਨਾਂ ਹੈਗਾ ਵੀਰ ਅਤੇ ਸਾਡੇ ਦੋਨਾਂ ਦੀ ਬਹੁਤ ਅੱਛੀ ਸਟੋਰੀ ਹੈਗੀ ਇਹ ਬਹੁਤ ਅੱਛੀ ਕੈਮਿਸਟਰੀ ਤੁਹਾਨੂੰ ਵੇਖਣ ਨੂੰ ਮਿਲੇਗੀ ਪਲੀਜ਼ ਵੇਖਣਾ ਨਾ ਭੁੱਲਿਓ 13 ਜਨਵਰੀ ਨੂੰ ਓਨਲੀ ਓਨ ਜ਼ੀ ਪੰਜਾਬੀ 'ਤੇ 7:30 ਵਜੇ ਕਮਲੀ ਇਸ਼ਕ ਦੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਰੋਹਿਤ ਹਾਂਡਾ ਅਤੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਵ ਗਿੱਲ ਹੈ ਅਤੇ ਸਾਡਾ ਨਵਾਂ ਸੀਰੀਅਲ ਆ ਰਿਹਾ ਜ਼ੀ ਪੰਜਾਬੀ 'ਤੇ 13 ਜਨਵਰੀ ਤੋਂ ਰਾਤੀ 8 ਵਜੇ ਅਤੇ ਸਾਡੀ ਇਹ ਜਿਹੜਾ ਸੀਰੀਅਲ ਹੈ ਉਹਦੀ ਸਟੋਰੀ ਹੈ ਜੀ ਇੱਕ ਪੰਜਾਬ ਦਾ ਮੁੰਡਾ ਹੈ ਅਤੇ ਪਾਕਿਸਤਾਨ ਦੇ ਪੰਜਾਬ ਦੀ ਕੁੜੀ ਆ ਉਹਨਾਂ 'ਚ ਕਿਵੇਂ ਪਿਆਰ ਹੁੰਦਾ ਹੈ ਅਤੇ ਕਿਵੇਂ ਸਰਦਾ ਨੇ ਉਹਨਾਂ ਨੂੰ ਵੰਡਿਆ ਹੋਇਆ ਵਾ ਉਹਦੇ 'ਤੇ ਬੇਸਡ ਸਾਡਾ ਸੀਰੀਅਲ ਆ ਅਤੇ ਮੈਂ ਬਹੁਤ ਖੁਸ਼ਕਿਸਮਤ ਆ ਸਾਨੂੰ ਇਹ ਜ਼ੀ ਪੰਜਾਬੀ ਨੇ ਪਲੈਟਫਾਰਮ ਦਿੱਤਾ ਜਿਹਦੇ 'ਚ ਸਾਨੂੰ ਇੱਕ ਪੰਜਾਬ ਅਤੇ ਪਾਕਿਸਤਾਨ ਇੰਡੀਆ ਅਤੇ ਪਾਕਿਸਤਾਨ ਦੀ ਲਵ ਸਟੋਰੀ ਨੂੰ ਦਿਖਾਉਣ ਦਾ ਮੌਕਾ ਮਿਲਿਆ ਵਾ ਬਹੁਤ ਬਹੁਤ ਧੰਨਵਾਦ ਕਰਦਾ ਜ਼ੀ ਪੰਜਾਬੀ ਦਾ ਅਤੇ ਪੰਜਾਬ ਦੇ ਦਰਸ਼ਕਾਂ ਨੂੰ ਇਹ ਇੰਡੀਆ ਦੇ ਦਰਸ਼ਕਾਂ ਨੂੰ ਇਹ ਪੰਜਾਬ ਦਾ ਸੱਭਿਆਚਾਰ ਵੇਖਣ ਨੂੰ ਮਿਲੇਗਾ ਅਤੇ ਕਿਵੇਂ ਸਾਡੇ ਪੰਜਾਬ ਦੇ ਸੱਭਿਆਚਾਰ ਲੋਕ ਕਿੱਦਾਂ ਫੋਲੋ ਕਰਦੇ ਨੇ ਸਾਨੂੰ ਇੰਡੀਆ ਸਾਰਾ ਫੋਲੋ ਕਰ ਰਿਹਾ ਅੱਜ ਕੱਲ੍ਹ ਪੰਜਾਬ ਨੂੰ ਅਤੇ ਉਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਮੇਰਾ ਕਿਰਦਾਰ ਹੈਗਾ ਜ਼ਰੀਨਾ ਦਾ ਮੈਂ ਪਾਕਿਸਤਾਨ ਤੋਂ ਹਾਂ ਪਾਕਿਸਤਾਨ ਦੇ ਵਿੱਚ ਪੰਜਾਬੀ ਮੌਲਵੀ ਫੈਮਿਲੀ ਤਾਂ ਹੈਗੀ ਇਹਦੇ ਵਿੱਚ ਤੁਹਾਨੂੰ ਪੰਜਾਬ ਦੀ ਕਲਚਰ ਸੱਭਿਆਚਾਰ ਪਿਆਰ ਦੇਖਣ ਨੂੰ ਮਿਲੂਗਾ ਜਿਹੜਾ ਮੇਰਾ ਕਿਰਦਾਰ ਹੈਗਾ ਇੱਕ ਮਾਸੂਮ ਜਿਹੀ ਕੁੜੀ ਦਾ ਹੈਗਾ ਜੋ ਕਿ ਰਿਸ਼ਤਿਆਂ ਨੂੰ ਬਣਾਉਣ ਦੇ ਵਿੱਚ ਅਹਿਮੀਅਤ ਦਿੰਦੀ ਆ ਕਿਸੇ ਨੂੰ ਦੁੱਖ ਨਾ ਪਹੁੰਚੇ ਹਰ ਟਾਈਮ ਇਹੀ ਧਿਆਨ ਰੱਖਦੀ ਕਿਸੇ ਨੂੰ ਦੁੱਖ ਨਾ ਪਹੁੰਚੇ ਰਿਸ਼ਤਿਆਂ ਨੂੰ ਜੋੜਨ 'ਚ ਆਪਣੀ ਉਹਦੇ ਜਿਹੜਾ ਸਾਰਾ ਦਿਨ ਲੰਘ ਜਾਂਦਾ ਵਾ ਪਿਆਰ ਕੀ रोमांटिक कहानी है हम ये चाहते हैं कि ये दोनों एक दूसरे को गिफ्ट दें हमारी तरफ से ये फुलकारी है जो ये इन्हें गिफ्ट करेंगे मैं ये जड़ा ਜਿਹੜਾ ਇਹਨਾਂ ਨੇ ਸਾਨੂੰ ਫੁਲਕਾਰੀ ਦਿੱਤੀ ਹੈ ਜੋ ਇਹਨਾਂ ਨੇ ਹਮੇ ਫੁਲਕਾਰੀ ਦੀ ਹੈ ਇਨਕੋ ਦੇਣੇ ਕੇ ਲਈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਅੱਜ ਕਿੰਨਾ ਪਿਆਰ ਹੁੰਦਾ ਫੁਲਕਾਰੀ ਜਿੱਦਾਂ ਇਹਨਾਂ ਨੇ ਸਾਨੂੰ ਦਿੱਤਾ ਹੈ ਇੱਦਾਂ ਹੀ ਅਸੀਂ ਚਾਹੁੰਦੇ ਹਾਂ ਜਿੱਦਾਂ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਉੱਦਾਂ ਹੀ ਸਾਡੇ ਦਰਸ਼ਕ ਪੰਜਾਬ ਦੇ ਦਰਸ਼ਕ ਇੰਡੀਆ ਦੇ ਦਰਸ਼ਕ ਸਾਡੇ ਜ਼ੀ ਪੰਜਾਬੀ ਨੂੰ ਪਿਆਰ ਦੇਣ ਸਾਡੇ ਸੀਰੀਅਲ ਤੂੰ ਪਤੰਗ ਮੈਂ ਡੋਰ ਦੇ ਡੋਰ ਨੂੰ ਪਿਆਰ ਤੋਹਫਾ ਦਿੰਦੇ ਰਹੇ ਸਾਨੂੰ ਪਿਆਰ ਕਰਦੇ ਰਹੋ ਸਾਡੇ ਕਿਰਦਾਰ ਨੂੰ ਪਿਆਰ ਤੁਹਾਨੂੰ ਬਹੁਤ ਵਧੀਆ ਲੱਗੇਗਾ ਇਹ ਸੀਰੀਅਲ ਦੇਖ ਕੇ ਬਹੁਤ ਬਹੁਤ